ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮੋਰਨਿੰਗ। ਕਿਵੇਂ ਹੋ ਸਾਰੇ ਜੀ? ਅੱਜ ਅਸੀਂ ਫਿਰ ਆਪਣੀ ਵੀਡੀਓ ਸ਼ੂਟ ਕਰਨ ਲਈ ਫਨ ਬੋਇਸ ਦੀ ਟੀਮ ਚੱਲੀ ਹੈ ਮਿੰਨੀ ਗੋਆ ਪਠਾਨਕੋਟ। ਅਤੇ ਆਹ ਦੇਖੋ ਹੈਪੀ ਭਾਈ ਸਵੇਰੇ ਸਵੇਰੇ ਸਾਨੂੰ ਦਿਲ ਜਲੇ ਦਿਖਾ ਰਹੇ ਨੇ, ਕਹਿੰਦੇ ਦਿਲ ਜਲੇ। ਮੈਂ ਕਿਹਾ ਆਪਾਂ ਇਹ ਸ਼ਾਮੀ ਦਿਲ ਜਲੇ ਕਰਾਈ, ਪਹਿਲਾਂ ਆਪਾਂ ਸਵੇਰ ਤੋਂ ਸ਼ਾਮ ਤੱਕ ਜਿਹੜੀ ਵੀਡੀਓ ਬਣਾਉਣੀ ਉਹ ਬਣਾ ਲਈਏ। ਅਤੇ ਅਸੀਂ ਤਿਆਰੀ ਕਰ ਲਈ ਹੈ ਜੀ ਪੂਰੀ, ਹੁਣ ਇਹ ਸਾਡੀ ਟੀਮ, ਇਹ ਸਾਡਾ ਰੌਕ ਸਟਾਰ ਜੀ, ਡਾਂਸ ਪੰਜਾਬੀ ਡਾਂਸ ਟੋਪ ਫਾਈਨਲਿਸਟ ਵਰੁਣ ਸਾਡਾ ਭਰਾ। ਅਤੇ ਇਹ ਸਾਡੀ ਅਕੈਡਮੀ ਹੈ, ਅਤੇ ਇੱਥੇ ਸਾਰੇ ਇਕੱਠੇ ਹੋ ਲਾ ਪਏ। ਸੰਜੂ ਬਾਈ ਜੀ, ਉਹ ਸਾਡੀ ਗੱਡੀ ਹੈ। ਅਤੇ ਕਿੱਥੇ ਅੱਗੇ ਸਾਰੇ ਆ ਜਾਓ, ਆ ਜਾਓ, ਆ ਜਾਓ। ਦੇਖੋ ਕਿੱਦਾਂ ਸਾਰੇ ਇੱਧਰ ਉੱਧਰ ਫਿਰੀ ਆਉਂਦੇ ਆ। ਉਹ ਵਰੁਣ ਕਿੱਦਾਂ, ਵਰੁਣ ਦੇਖੋ, ਵਰੁਣ ਬੰਦਾ ਆਪਣਾ ਸਹੀ ਹੈ। ਦੇਖੋ ਕਿੱਦਾਂ ਗੱਡੀ ਸਾਫ਼ ਕਰ ਰਿਹਾ ਵਾ, ਬਹੁਤ ਹੀ ਹੋਣਹਾਰ ਮਿਹਨਤੀ ਬੰਦਾ। ਉਹ ਗਗਨ ਬਾਈ ਝੁਕੇਗਾ ਨਹੀਂ। ਕਨੇਡਾ ਕਨੇਡਾ ਹੋਏ ਹੋਏ, ਕਨੇਡਾ ਕਨੇਡਾ ਚੱਲੇ ਬੰਦੇ ਹੀ ਬੜੇ ਭਾਈ। ਤੂੰ ਵੀ ਆਪਣੇ ਨਾਲ ਇੱਕ ਜਣੇ ਨੂੰ ਨਾਲ ਭਾਲ ਲੈ ਯਾਰ ਗੋਦੀ ਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਾਂ ਪਹੁੰਚ ਚੁੱਕੇ ਹਾਂ ਲੋਕੇਸ਼ਨ ਤੇ, ਬੰਦੇ ਸਾਡੇ ਕਰ ਰਹੇ ਆ ਤਿਆਰੀ। ਯਾਰ ਕੁਰਤੇ ਪਵਾਉਂਦੇ ਯਾਰ, ਵੇਖੋ ਸਾਰੇ ਪਾਣੀ ਆਪਣਾ ਲਖਾਰੀ ਡੁਮਨਾ। ਗਰਮੀ ਬੜੀ ਇੱਥੇ ਹੈ ਨਾ ਭਾਜੀ। ਸਿੰਗਰ ਭਾਜੀ ਪਹੁੰਚ ਚੁੱਕੇ ਆ, ਤੇ ਬਹੁਤ ਬਹੁਤ ਧੰਨਵਾਦ ਮੈਨੂੰ ਇਸ ਨੌਜਵਾਨਾਂ ਨੇ ਮੌਕਾ ਦਿੱਤਾ ਇਹਨਾਂ ਦੇ ਸਾਹਮਣੇ ਆਪਣੇ ਗਲੇ ਨੂੰ ਕਿਹਨੂੰ ਕਹਿੰਦੇ ਆ ਜੀ ਪਿੱਛੇ ਲੋਕੇਸ਼ਨ ਦੇ। ਚਲੋ ਯਾਰ, ਉਹ ਚੁੰਨੀ ਤਾਂ ਨਹੀਂ ਚਾਹੀਦੀ, ਇੰਨਾ ਟਾਈਮ ਕਿਉਂ ਲਾਉਂਦੇ ਹੋ ਯਾਰ? ਟਾਈਮ ਐਕਚੁਅਲੀ ਪਤਾ ਕੀ, ਵੀਡੀਓ ਵੀਡੀਓ ਦੇਖ ਰਹੇ ਆਡੀਅੰਸ, ਸੋਹਣਾ ਬਣਨ ਵਾਸਤੇ ਟਾਈਮ ਲੱਗਦਾ ਹੈ ਯਾਰ। ਸਟਰਗਲ ਸ਼ੂਟ ਸਟਰਗਲ ਕਰਨੇ ਪੈਂਦਾ, ਆਹੀ ਤਾਂ ਸਟਰਗਲ ਹੈ। ਚੁੰਨੀ ਗਿਰੀ ਆ, ਚਲੋ ਹੁਣ ਆਪਾਂ ਕਰਾਂਗੇ ਸ਼ੂਟ। ਲੋਕੇਸ਼ਨ ਤਾਂ ਦੇਖ ਲਿਆ। ਲੋ ਜੀ, ਅਸੀਂ ਪ੍ਰੈਕਟਿਸ ਕਰਤੀ ਹੈ ਸ਼ੁਰੂ, ਤੇ ਬਸ ਹੁਣ ਅਸੀਂ, ਇਹ ਸਾਡੇ ਕੋਰੀਓਗ੍ਰਾਫਰ ਹੈਪੀ ਜੀ ਸਾਨੂੰ ਦੱਸ ਰਹੇ ਨੇ ਅੱਗੇ ਕਿੱਦਾਂ ਜਾਣਾ, ਪਿੱਛੇ ਕਿੱਦਾਂ ਜਾਣਾ ਆ। ਤੇ ਬਹੁਤ ਮਜ਼ਾ ਆ ਰਿਹਾ, ਤੇ ਗਰਮੀ ਵੀ ਬੜੀ ਆ। ਤੇ ਤੁਸੀਂ ਕਮੈਂਟ 'ਚ ਦੱਸਿਓ ਕਿ ਇਹ ਕਿਹੜੀ ਲੋਕੇਸ਼ਨ ਹੈਗੀ, ਅਸੀਂ ਕਿੱਥੇ ਖੜੇ ਹਾਂ ਇਸ ਟਾਈਮ 'ਤੇ। ਅਤੇ ਪ੍ਰੈਕਟਿਸ ਪੂਰੀ ਚੱਲ ਰਹੀ ਹੈ ਜੀ, ਅਤੇ ਉਹ ਦੇਖੋ ਪਿੱਛੇ ਕਿੱਦਾਂ ਸਾਨੂੰ ਆਂਟੀਆਂ ਦੇਖਣ ਲਈ ਆ ਗਈਆਂ। ਅਤੇ ਬਸ ਇੱਦਾਂ ਹੀ ਸਭ ਦਾ ਪਿਆਰ ਚਾਹੀਦਾ। ਅਤੇ ਆਪਣੇ ਡਾਇਰੈਕਟਰ ਸਾਹਿਬ ਦੇਖ ਰਹੇ ਨੇ ਬੈਕਗਰਾਊਂਡ ਸ਼ੂਟ ਕਿੱਦਾਂ ਲੈਣਾ, ਫਰੰਟ ਸ਼ੂਟ ਕਿੱਦਾਂ ਲੈਣਾ ਆ। ਅਤੇ ਹੈਪੀ ਸਾਨੂੰ ਦੱਸ ਰਿਹਾ ਇਸ਼ਾਰੇ ਕਿੱਦਾਂ ਕਰਨੇ, ਉਹ ਹੈਪੀ ਜ਼ਿਆਦਾ ਇਸ਼ਾਰੇ ਨਾ ਕਰ, ਕਿਤੇ ਹੋਰ ਨਾ ਆਏ, ਆਪਾਂ ਇਸ਼ਾਰਿਆਂ 'ਚ ਰਹਿ ਜਾਈਏ। ਹਾਂ, ਆਹ ਸਟੈਪ ਜਿਹੜਾ ਆਪਾਂ ਇੱਥੇ ਆ ਕੇ ਚੇਂਜ ਕੀਤਾ ਹੈ, 1 2 1 2। ਅਤੇ ਸਲਾਈਡ ਨਾਲ ਘੁੰਮ ਕੇ ਆ ਜੀ, ਆਪਣਾ ਫੇਵਰੇਟ ਸਟੈਪ, ਬੋਲੇ ਨਹੀਂ ਪੰਬੀ, ਹਾਂ ਬੋਲੇ। ਦੇਖਣ ਵਾਸਤੇ ਉਹ ਆਂਟੀਆਂ ਵੀ ਹੈਗੀਆਂ, ਦਿਖਾ ਦੇ ਸਾਰਾ ਕੁਝ। ਆਂਟੀਆਂ ਦਾ ਸਾਡੇ ਨਾਲ ਪਿਆਰ ਆ, ਹੁਣ ਹੋਰ ਜ਼ਿਆਦਾ ਮਿਹਨਤ ਹੋਈ। ਐ ਤੂੰ ਸਟਾਰਟ ਕਰ। ਹਾਂਜੀ ਹਾਂਜੀ। ਲੋ ਜੀ, ਇੱਕ ਸ਼ੂਟ ਹੋ ਗਿਆ ਜੀ ਆਪਣਾ ਪੂਰਾ, ਤੇ ਅਸੀਂ ਪਸੀਨੇ ਨਾਲ ਪੂਰੇ ਹੋ ਗਏ ਦੇ ਆ ਗਿੱਲੇ। ਤੇ ਹੁਣ ਅਸੀਂ ਨੈਕਸਟ ਲੋਕੇਸ਼ਨ ਤੇ ਚੱਲੇ ਆ ਜਿਹੜੀ ਕਿ ਮਿੰਨੀ ਗੋਆ ਹੈ, ਤੇ ਤੁਹਾਨੂੰ ਜਲਦੀ ਹੀ ਮਿਲਦੇ ਆ। ਬਸ ਇਦਾਂ ਹੀ ਸਾਡੇ ਨਾਲ ਜੁੜੇ ਰਹੋ। ਓਕੇ ਜੀ।
ਲਓ ਜੀ, ਅਸੀਂ ਸਫ਼ਰ ਦਾ ਆਨੰਦ ਲੈਣ ਲਈ ਗਾਣੇ ਗਾਣੇ ਸ਼ੁਰੂ ਕਰਦੇ ਹਾਂ ਅਤੇ ਬਹੁਤ ਸੁਰੀਲੇ ਗਾਣੇ ਗਾ ਰਹੇ ਸੀ। ਇਹ ਸਾਡਾ ਲਾਲ ਟੀ ਸ਼ਰਟ ਵਾਲਾ ਹੈਪੀ, ਸਾਡਾ ਕੋਰੀਓਗ੍ਰਾਫਰ ਇਹਦੀ, ਅਤੇ ਤੁਸੀਂ ਵਾਇਸ ਸੁਣਿਆ ਇਹੋ ਜੀ ਵਾਇਸ ਸੁਣੋਗੇ, ਮੁੜ ਕੇ ਮੈਂ ਕਿਹਾ ਜਿਹੜਾ ਤੁਹਾਡਾ ਫੇਵਰੇਟ ਸਿੰਗਰ ਹੋਏਗਾ ਜੀ ਉਹਦੀ ਤੁਸੀਂ ਕਦੀ ਵਾਇਸ ਸੁਣ ਲਓਗੇ ਅਤੇ ਮੇਰਾ ਵਲੋਗ ਦੇਖ ਲਿਓ ਫਿਰ। ਅਤੇ ਬਹੁਤ ਹੀ ਸੁਰੀਲਾ ਗਾਉਂਦਾ ਸਾਡਾ ਬੰਦਾ ਹੈਪੀ, ਵਰੁਣ ਬਹੁਤ ਸੋਹਣਾ ਗਾ ਰਿਹਾ ਵਾ, ਅਤੇ ਪਿੱਛੇ ਦੋਵੇਂ ਮੁੰਡੇ ਗਾ ਗਾ ਕੇ ਅਤੇ ਸੁਣ ਸੁਣ ਕੇ, ਪਹਿਲਾਂ ਗਾਉਂਦੇ ਹੀ ਜਦੋਂ ਉਹਨੇ ਹੈਪੀ ਨੂੰ ਸੁਣਿਆ, ਫਿਰ ਉਹ ਸੁਣ ਕੇ ਉਹ ਕਹਿੰਦੇ ਆ ਕਿ ਸਾਨੂੰ ਕੱਲ੍ਹ ਜਾ ਕੇ ਕੰਨ ਦੀ ਸਰਜਰੀ ਕਰਾਉਣੀ ਪੈਣੀ ਆ, ਇੰਨੀ ਵੱਡੀ ਉਹਨਾਂ ਨੂੰ ਪ੍ਰੋਬਲਮ ਹੋ ਗਈ ਆ। ਅਤੇ ਪੂਰਾ ਨਜ਼ਾਰਾ ਵੀ ਲੈ ਰਹੇ ਨੇ ਵੋਆਏ ਬੇਸੁਰੀ ਸੁਣ ਕੇ, ਦਿਲ 'ਤੇ ਉਹਨਾਂ ਦਾ ਕਰਨ ਦਿਆ ਕਿ ਆਪਾਂ ਪਿੱਛੋਂ ਇੱਟ ਸੁੱਟ ਦਈਏ, ਪਰ ਇੱਟ ਇਹਨਾਂ ਨੂੰ ਇੱਥੇ ਕਿਤੇ ਲੱਭਣ ਨਹੀਂ ਦੇਈ। ਬਸ ਇੱਦਾਂ ਹੀ ਅਸੀਂ ਜਾਈ ਜਾਂਦੇ ਹਾਂ ਅਤੇ ਬਸ ਕੁਝ ਹੀ ਆਪਾਂ ਮਿੰਟਾਂ ਦੇ ਵਿੱਚ ਮਿੰਨੀ ਗੋਆ ਪਹੁੰਚਣਾ ਜੀ। ਲਓ ਜੀ, ਅਸੀਂ ਸਵੇਰ ਦੇ ਬਹੁਤ ਭੁੱਖੇ ਹੀ, ਪਹਿਲਾਂ ਪੇਟ ਪੂਜਾ ਕਰ ਲਈਏ, ਫਿਰ ਕਹਿੰਦੇ ਕੰਮ ਦੂਜਾ ਕਰਨਾ ਚਾਹੀਦਾ ਜਿਹੜਾ ਤੁਸੀਂ ਵਰਕ ਕਰਨਾ ਚਾਹੁੰਦੇ ਹੋ। ਅਤੇ ਚਲੋ ਅਸੀਂ ਢਾਬੇ ਬਹਿ ਕੇ ਕੀ ਗੱਪਾਂ ਮਾਰੀਆਂ ਵੀ ਤੁਹਾਨੂੰ ਸੁਣਾਉਂਦੇ ਹਾਂ। ਚਾਹ ਜਲਦੀ ਕੋ ਬਾਗ ਹਾਂਜੀ ਪਰੌਂਠੇ ਖਾ ਲਾਂਗੇ ਜੀ। ਪੈਸੇ ਕਹਿੰਦੇ ਘੱਟ ਦਿੱਤੇ ਆ ਮੰਮਾ, ਉੱਥੇ ਪਏ ਹੋਣੇ ਆ ਉੱਥੇ ਮੰਦਰ ਦੇ ਕੋਲ। ਮੇਰੀ ਗੱਲ ਸੁਣੋ, ਮੈਂ ਗੱਡੀ ਦੇ ਪਜਾਮੇ ਡਿੱਕੀ ਦੇ ਪਜਾਮੇ ਪਏ ਰੱਖੇ ਆ, ਜੇ ਪੈਸੇ ਮੇਰੇ ਚ ਕੋਈ ਮੈਂ 200-1000 ਰੁਪਇਆ ਕਢਾਣਾ ਮੈਂ ਪਹਿਲਾਂ ਹਿਸਾਬ ਨਾਲ ਰਿਹਾ। ਹਮੇਸ਼ਾ ਤੇਜ਼ ਰੱਖੀ ਯਾਰ ਮੇਰਾ ਵੀ ਮਿੱਠਾ, ਆਹ ਪਾਣੀ ਪੀਵਾਂਗੇ ਤੇ ਜ਼ਿੰਦਗੀ ਭਰ ਜੀਵਾਂਗੇ। ਆ ਰਹੇ ਹੋ ਕੀ ਖਾਣ ਕੀ ਦੇ ਓਏ? ਵਾਹ ਕੀ ਖਾਣ ਦੇ? ਬੋਲੋ ਬੋਲ ਦੋ ਕੀ ਖਾਣ ਦੇ? ਥਪੋਰੀਆਂ ਲੋਲੀ ਹੈ ਪੌਂਟੀਆਂ ਪਰੌਂਠੀਆਂ ਰਾਜ ਕੀ ਮਾਂ ਰਾਜ ਕੀ ਮਾਂ ਟਿੰਡੇ ਖਾਣੇ ਆ ਤੁਸੀਂ ਕਿ ਆਇਓ ਖਾ ਲਓ ਆਜ ਲਾਲਟ ਮਰ ਤੂੰ ਖਾਣ ਦੇ ਓਏ ਐਪਲ ਕਾਰਡ ਚਿਕਨ ਵਿਦ ਪਰੌਂਠਾ ਹਾਂ ਉਸਤਾਦ ਨੂੰ ਕੋਈ ਪੁੱਛਣ ਨਹੀਂ ਰਿਹਾ ਲੱਗੇ ਉਸਤਾਦ ਇਹ ਇਕੱਲੇ ਖਾਈ ਜਾਂਦੇ ਖਾਣ ਦੇ ਮੇਰਾ ਫਾਸਟ ਸ਼ਰਮ ਨਹੀਂ ਆਂਦੀ ਹੈ ਨਾ ਫਾਸਟ ਹੈ ਮੇਰਾ ਅੱਛਾ ਅੱਛਾ 26ਵੇਂ ਐਤਵਾਰ ਦਾ ਵਰਤ ਰੱਖਣਾ ਅੱਛਾ ਠੀਕ ਹੈ 16 ਚਾਹ ਵੀ ਆ ਚੁੱਕੀ ਹੈ, ਚਾਹ ਪੀਓ ਚੁੱਕੋ ਭਾਈ ਜਾ ਚੁੱਕੋ ਨਾ ਚੁੱਕ ਲਾ ਹੁਣ ਪਹਿਲਾਂ ਚੁੱਕਣ ਡਿਆ ਮੈਂ ਰੋਕ ਤਾ ਅੱਛਾ ਅੱਛਾ ਲੋ ਜੀ ਪੇਟ ਪੂਜਾ ਕਰਕੇ ਅਸੀਂ ਫਿਰ ਰਵਾਨਾ ਹੋ ਗਏ ਆਪਣੀ ਸ਼ੂਟ ਦੀ ਤਰਫ ਜਿਹੜਾ ਕਿ ਸਾਡਾ ਹੈਗਾ ਆ ਮਿੰਨੀ ਗੋਆ ਅਤੇ ਬਹੁਤ ਹੀ ਵਧੀਆ ਜਗ੍ਹਾ ਹੈ ਤੁਸੀਂ ਵੀ ਵਿਜ਼ਿਟ ਕਰਿਓ ਲੇਕਿਨ ਆਇਓ ਪਲੀਜ਼ ਇੱਥੇ ਸ਼ਾਮੀ ਜੇ ਗਰਮੀਆਂ ਜਾਣਾ ਕਿਉਂਕਿ ਦੁਪਹਿਰ ਦੇ ਟਾਈਮ ਬਹੁਤ ਗਰਮੀ ਹੁੰਦੀ ਹੈ ਇੱਥੇ ਪਰ ਇੱਥੇ ਸਾਰੀ ਚੀਜ਼ਾਂ ਪ੍ਰੋਵਾਈਡ ਹੈ ਟੈਂਟ ਵਗੈਰਾ ਹੋ ਗਏ ਤੁਹਾਡੀ ਬੋਟਿੰਗ ਹੋ ਗਈ ਵਾਕਿੰਗ ਹੋ ਗਈ ਪਬਜੀ ਵਾਲੀ ਜਿਹੜੀ ਤੁਸੀਂ ਗੱਡੀ ਚਲਾਉਂਦੇ ਹੋ ਉਹ ਵੀ ਇੱਥੇ ਗੇਮ ਹੈਗੀ ਆ ਅਤੇ ਬਹੁਤ ਵਧੀਆ ਜਗ੍ਹਾ ਆ ਅਤੇ ਆਹ ਦੇਖੋ ਜੀ ਅਸੀਂ ਆ ਗਏ ਹਾਂ ਕੈਸੀ ਹੋ ਸਭੀ ਠੀਕ ਠਾਕ ਹੋ ਅੱਜ ਮੇਰੇ ਪਾਸ ਸਭ ਕੁਝ ਹੈ ਕਿਆ ਹੈ ਤੇਰੇ ਪਾਸ ਮੇਰੇ ਕੋਲ ਭਰਾ 1,30,000 ਵਾਲਾ ਫੋਨ ਹੀ ਵਾ 1,30,000 ਵਾਲਾ ਵੇਚ ਕੇ ਇਹਨੂੰ ਕੋਈ ਜਿਹੜਾ ਠੇਲਾ ਠੂਲਾ ਪਾਲਾ ਕੋਈ ਉਹੀ ਪਾਣੇ ਪਣਾ ਤਾਂ ਕਮਾਈ ਹੋਣ ਨਹੀਂ ਰਹੀ। ਲਓ ਜੀ ਮਿੰਨੀ ਗੋਆ ਦਾ ਇਨਵਾਇਰਮੈਂਟ ਚੈੱਕ ਕਰੋ ਸਭ ਤੋਂ ਪਹਿਲਾਂ ਤੁਸੀਂ ਅਤੇ ਬੋਟਿੰਗ ਇੱਥੇ ਹੁੰਦੀ ਆ ਦੇਖ ਲਓ ਜੀ ਉਹ ਬੋਟਾਂ ਲੱਗੀਆਂ ਅਤੇ ਇੱਕ ਉਹ ਸਾਹਮਣੇ ਤੋਂ ਬੋਟ ਆ ਰਹੀ ਹੈ 400 ਰੁਪਇਆ ਹੋਣ ਦੀ ਫੀਸ ਅੱਗੇ ਤੁਹਾਨੂੰ ਕੁਛ ਨਹੀਂ ਪਤਾ ਕਿੰਨੀ ਵੱਧ ਸਕਦੀ ਹੈ ਅਤੇ ਬਸ ਇੱਦਾਂ ਹੀ ਹੁਣ ਅਸੀਂ ਆਪਣਾ ਦੇਖਣ ਦੀਆਂ ਲੋਕੇਸ਼ਨ ਕਿ ਕਿੱਥੇ ਵੀਡੀਓ ਸ਼ੂਟ ਕਰਨਾ ਹੈ ਸਭ ਬੁੰਦਲੇ ਫਿਰਦੇ ਕੋਈ ਇੱਧਰ ਨੂੰ ਜਾਣਦੇ ਆ ਕੋਈ ਉੱਧਰ ਨੂੰ ਟਕਰਾ ਖਾਂਦੇ ਆ ਕੋਈ ਕਹਿੰਦਾ ਉਹ ਚੋਟੀ 'ਤੇ ਬਣਾਉਣੀ ਜਿਹੜੀ ਉਹ ਇੰਨੀ ਦੂਰ ਪਹਾੜੀ ਲੱਭਣ ਦੀ ਆ ਅਤੇ ਇਹ ਸ਼ਾਹ ਜੀ ਇਹਨਾਂ ਨੇ ਵੀ ਵਲੋਗ ਕਰਤਾ ਜੇ ਸਟਾਰਟ ਅਤੇ ਇਹਨਾਂ ਦਾ ਵੀ ਵੇਖ ਲਿਓ ਐਚ ਵੀ ਓਪਨ ਸਟਾਈਲ ਡਾਂਸਰ ਇਹਨਾਂ ਦੀ ਆਈ ਡੀ ਆ ਉੱਥੇ ਵੀ ਤੁਸੀਂ ਜਾ ਕੇ ਵਲੋਗ ਚੈੱਕ ਕਰ ਸਕਦੇ ਹੋ ਅਤੇ ਬਸ ਸਾਰੇ ਇੱਧਰ ਉੱਧਰ ਦੇਖਣ ਦੀ ਕਿ ਕੀ ਕਰੀਏ ਅਤੇ ਉਹ ਪਾ ਨੂੰ ਦੇਖੋ ਵਾਜਾ ਮਾਰਦਾ ਕਹਿੰਦਾ ਓਏ
ਅਰੇ ਓ ਸਾਂਭਾ ਉਹ ਭਾਜੀ ਆ ਗਏ ਨੇ ਭਾਜੀ ਦੀਆਂ ਵੀ ਅਸੀਂ ਗੱਲਾਂ ਸੁਣਦੇ ਆਂ ਤੋਂ ਵੱਧ ਸਪੋਰਟ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਇਹ ਤੁਹਾਡਾ ਹੀ ਸਾਰਿਆਂ ਦਾ ਹੀ ਚੈਨਲ ਆ ਯਾਰ ਤੁਹਾਡਾ ਹੀ ਚੈਨਲ ਆ ਇਹ ਤੁਹਾਡਾ ਹੀ ਚੈਨਲ ਆ ਯਾਰ ਤੇ ਇਹ ਤੁਹਾਡਾ ਪਿਆਰਾ ਤੁਹਾਡਾ ਸਤਿਕਾਰ ਆ ਪੂਰਾ ਸਾਡਾ ਬਸ ਆਪਾਂ ਮਿਹਨਤ ਕਰ ਰਹੀ ਆ ਮਿਹਨਤ ਦਾ ਫਲ ਦੇਣ ਵਾਲਾ ਪਰਮਾਤਮਾ ਆ ਤੁਸੀਂ ਸਾਨੂੰ ਪਿਆਰ ਕਰੋ ਬਸ ਇੰਨਾ ਹੀ ਸਾਡੇ ਲਈ ਬਹੁਤ ਤੁਹਾਡੇ ਕਰਕੇ ਸਾਡੇ 5000 ਤੋਂ ਪਲੱਸ ਹੋ ਗਏ ਸਬਸਕ੍ਰਾਈਬਰ ਹੋ ਗਏ YouTube ਤੇ YouTube ਤੇ ਤੇ ਹੋਰ ਜ਼ਿਆਦਾ ਪਿਆਰ ਦਿਓ ਕਿ ਤੁਹਾਨੂੰ ਵਧੀਆ ਤੋਂ ਵਧੀਆ ਜਗ੍ਹਾ ਲੈ ਕੇ ਚੱਲੀਏ ਤੁਸੀਂ 10K ਕਰੋ ਕੰਪਲੀਟ ਤੇ ਫਿਰ ਆਪਾਂ ਕੇਕ ਕੱਟਾਂ ਕਮੈਂਟ 'ਚ ਦੱਸੋ ਨਾਲ ਤੁਹਾਨੂੰ ਕਿੱਦਾਂ ਦੀ ਵੀਡੀਓਸ ਲੱਗ ਰਹੀਆਂ ਕਿੱਦਾਂ ਦੀ ਕਮੈਂਟ ਵਗੈਰਾ ਲਾਈਕ ਸ਼ੇਅਰ ਲੋ ਜੀ ਮੌਸਮ ਵੀ ਹੌਲੀ ਹੌਲੀ ਬਹੁਤ ਠੰਡਾ ਹੋਣ ਲੱਗ ਪਿਆ ਬਹੁਤ ਠੰਡੀ ਠੰਡੀ ਹਵਾ ਚੱਲ ਰਹੀ ਹੈ ਅਤੇ ਸਾਡਾ ਜਿਹੜਾ ਅੱਜ ਦਾ ਦਿਨ ਆ ਜਿਹੜਾ ਅਸੀਂ ਇੰਨਾ ਡਾਂਸ ਕਰਕੇ ਕੱਢਣਾ ਹੈ ਸ਼ੂਟ ਦਾ ਅਤੇ ਬਹੁਤ ਵਧੀਆ ਹੈ ਕਿ ਅੱਜ ਅਸੀਂ ਬਹੁਤ ਵਧੀਆ ਆਨੰਦ ਫੀਲ ਕਰ ਰਹੇ ਹਾਂ ਕਿਉਂਕਿ ਠੰਡੀ ਠੰਡੀ ਹਵਾ ਚੱਲ ਰਹੀ ਹੈ ਅਤੇ ਤੁਸੀਂ ਇਹ ਲੋਕੇਸ਼ਨ ਦੇਖ ਸਕਦੇ ਹੋ ਮੈਂ ਤੁਹਾਨੂੰ ਦੁਬਾਰਾ ਦਿਖਾ ਰਿਹਾ ਇੱਥੇ ਅਸੀਂ ਸ਼ਾਇਦ ਸ਼ੂਟ ਕਰਾਂਗੇ ਹੁਣ ਅਤੇ ਲਓ ਜੀ ਆਪਣਾ ਸ਼ੂਟ ਹੋਣ ਲੱਗਾ ਜੇ ਸਟਾਰਟ ਹੈਪੀ ਭਾਈ ਕਹਿੰਦੇ ਆਪਾਂ ਇੱਥੇ ਬਣਾਉਣੀ ਹੈ ਅਤੇ ਉਹ ਭਾਈ ਕਹਿੰਦੇ ਨਹੀਂ ਨਹੀਂ ਕਹਿੰਦੇ ਉਹ ਪਹਾੜ 'ਤੇ ਬਣਾਉਣੀ ਆ ਅਤੇ ਹੁਣ ਉਹ ਪਹਾੜ 'ਤੇ ਬੰਦਾ ਪੁੱਛੇ ਨਹੀਂ ਜਾਣ ਜੋਗੀ ਹਿੰਮਤ ਹੈਗੀ ਅਤੇ ਆਹ ਦੇਖੋ ਜੀ ਪਹਿਲਾਂ ਹੈਪੀ ਨੇ ਆਪਣਾ ਸ਼ੂਟ ਸ਼ੁਰੂ ਕਰਤਾ ਹੈ ਅਤੇ ਸਰਦਾਰ ਭਾਜੀ ਸਟੈਪ ਯਾਦ ਕਰਨਗੇ ਕਿਉਂਕਿ ਇਹਨਾਂ ਨੂੰ ਭੁੱਲਣ ਦੀ ਬਹੁਤ ਜ਼ਿਆਦਾ ਆਦਤ ਹੈਗੀ ਹੈ ਪਰ ਅੱਜ ਨਹੀਂ ਇਹ ਭੁੱਲਣਗੇ ਕਿਉਂਕਿ ਇਹ ਜੇ ਆਪਣੇ ਸਰੂਰ 'ਚ ਘੁੰਮ ਰਹੇ ਆ ਅਤੇ ਆਹ ਦੇਖੋ ਜੀ ਝੁਕੇਗਾ ਨਹੀਂ ਗਗਨ ਅਤੇ ਆਹ ਆਪਣਾ ਸਮਝ ਲਓ ਕਿ ਬੋਰੀ ਬਿਸਤਰਾ ਵਾ ਜਿਹੜਾ ਅਸੀਂ ਗੁਰਦਾਸਪੁਰ ਤੋਂ ਲੈ ਕੇ ਆਏ ਹਾਂ ਅਤੇ ਮੈਂ ਇਹਨਾਂ ਨੂੰ ਸਮਝਾਉਂਦਾ ਵਾਂ ਕਿ ਯਾਰ ਵੇਖ ਇੱਥੇ ਵੀਡੀਓ ਸਹੀ ਬਣੇਗੀ ਕਿ ਨਹੀਂ ਬਣੇਗੀ ਕੀ ਕਹਿਣਾ ਚਾਹੋਗੇ ਵੀਡੀਓ ਬਣਾ ਲਈ ਪਾਣੀ ਹੈ ਨਹੀਂ ਕਿੱਦਾਂ ਦੀ ਲੋਕੇਸ਼ਨ ਆ ਲੋਕੇਸ਼ਨ ਤਾਂ ਵਧੀਆ ਹੈ ਤੁਹਾਨੂੰ ਇੱਥੇ ਹਣੀ ਲੈ ਕੇ ਆਇਆ ਵਾ ਅਤੇ ਇਹ ਜਿਹੜੀ ਚੀਜ਼ ਸਹੀ ਕਰੋ ਹਾਂ ਹੁਣ ਬਣੀ ਗੱਲ ਭਾਜੀ ਥੱਲੇ ਚੱਲ ਜਾਓ ਪਿੱਛੇ ਭਾਜੀ ਸਾਡੇ ਖਲੋਤੇ ਰਹੇ ਆ ਕੰਡੇ ਦੇ ਇਹਦਾ ਮਹੀਨਾ ਲਈ ਕਿ ਮੈਂ ਕਹਿੰਦਾ ਪਿੱਛੇ ਮੈਂ ਕਹਿੰਦਾ ਕਿ ਚੱਲ ਆਡਾ ਹੀ ਮਰੀ ਦੇਖੀ ਕਿੰਨਾ ਗਹਿਰਾ ਵਾ ਤੇ ਦੇਖੋ ਜੀ ਹੁਣ ਹੈਪੀ ਦੀ ਮਸਕਰੀ ਦੇਖੋ ਕਿੱਦਾਂ ਕਰ ਰਿਹਾ ਵਾ ਚੁੱਪ ਚੁੱਪ ਕੇ ਫਿਲਮ ਜਿਹੜੀ ਹੈਗੀ ਉਹਦੇ ਵਿੱਚ ਸ਼ਾਹਿਦ ਕਪੂਰ ਜਿੱਦਾਂ ਗੂੰਗਾ ਨਹੀਂ ਬਣਿਆ ਹੁੰਦਾ ਅਤੇ ਰਾਜਪਾਲ ਯਾਦਵ ਜਿਹੜੀ ਕਮੇਡੀ ਕਰਨ ਦੇ ਹੁੰਦਾ ਆ ਅਤੇ ਉੱਥੇ ਕਹਿੰਦੇ ਨਹੀਂ ਓਏ ਤੁਮ ਦੋਨੋਂ ਮੇਂ ਸੇ ਕੱਪੜੇ ਧੋਣਾ ਕਿਸ ਕੋ ਆਤਾ ਹੈ ਅਤੇ ਹੈਪੀ ਕਹਿੰਦਾ ਮੁਝੇ ਆਤਾ ਇਸ ਕੋ ਤਾਂ ਬਿਲਕੁਲ ਨਹੀਂ ਆਤਾ ਇਸ ਕੋ ਮੈਂ ਸਿਖਾ ਦੂੰਗਾ ਤਾਂ ਕੋ ਜਦੋਂ ਓਮਪੁਰੀ ਕਹਿੰਦਾ ਨਹੀਂ ਨਹੀਂ ਕੱਪੜੇ ਮਹਿੰਗੇ ਆ ਤਾਂ ਉਹ ਤੋ ਇਹ ਕੰਮ ਤਾਂ ਫਿਰ ਹੈਪੀ ਕੋਈ ਕਰਨਾ ਪੜੇਗਾ ਨਾ ਅਤੇ ਮੈਂ ਹੈਪੀ ਨੂੰ ਟੇਕਦਾ ਏ ਮੱਥਾ ਭਰਾ ਕਿ ਤੇਰੇ ਅੱਗੇ ਕੋਈ ਟੱਕਰ ਨਹੀਂ ਦੇ ਸਕਦਾ ਅਤੇ ਤੈਨੂੰ ਰੱਬ ਰੱਖਾ ਨਜ਼ਾਰੇ ਲੈ ਓਕੇ ਉਹ ਜੀ ਆਪਾਂ ਹੁਣ 2 ਘੰਟੇ ਹੋ ਗਏ ਕੁੜਤਾ ਲਾਉਂਦੇ ਪਰ ਇਹਦਾ ਕੁੜਤਾ ਨਹੀਂ ਉਤਰਿਆ ਅਸੀਂ 2 ਵਾਰੀ ਕੱਪੜੇ ਚੇਂਜ ਕਰ ਲਿਆ ਪਰ ਚਲੋ ਹੁਣ ਆਪਾਂ ਕੋਸ਼ਿਸ਼ ਕਰਦੇ ਤਾਂ ਲਾਉਣ ਨੂੰ ਕੁੜਤਾ ਆ ਜਾ ਓਏ ਲਓ ਜੀ ਆਪਣਾ ਸ਼ੂਟ ਹੋ ਗਿਆ ਕੰਪਲੀਟ ਅਤੇ ਹੈਪੀ ਬਾਈ ਜੀ ਕਹਿੰਦਾ ਕਿ ਜੋ ਵੀ ਲਾ ਰਹੀ ਹੋ ਪਲੀਜ਼ 2 ਲਾਉਣਾ ਮੈਂ ਕਿਹਾ 2 ਨਹੀਂ 5 ਬੰਦੇ ਆ ਅਤੇ 5 ਹੀ ਸਮਾਨ ਹੈਗਾ ਸੋਰੀ 7 ਬੰਦੇ ਆ ਜੀ ਅਤੇ ਮੈਂ ਤੁਹਾਨੂੰ ਫਿਰ ਦਿਖਾ ਦੇਣਾ ਅਸੀਂ ਕਿਤੇ ਬਹਿ ਗਏ ਹਾਂ ਸ਼ੂਟ ਸਾਡਾ ਹੋ ਗਿਆ ਜੀ ਪੂਰਾ ਕੰਪਲੀਟ ਅਸੀਂ ਜਿਹੜੀਆਂ 3 ਵੀਡੀਓ ਜੀ ਸ਼ੂਟ ਕਰ ਲਈਆਂ ਮਿੰਨੀ ਗੋਆ ਅਤੇ ਹੁਣ ਅਸੀਂ ਖਾਣ ਲਈ ਬੈਠੇ ਹਾਂ ਫੂਡ ਲਵਰ ਅਤੇ ਖਾ ਕੇ ਥੋੜ੍ਹਾ ਜਿਹਾ ਫਿਰ ਅਸੀਂ ਗੱਡੀ 'ਚ ਕੀਤਾ ਰੋਮਾਂਸ ਅਤੇ ਆਹ ਦੇਖੋ ਜੀ ਬੰਦੇ ਸੋ ਰਹੇ ਸੀ ਅਤੇ ਮੈਂ ਜਗਾਏ ਫਿਰ ਗਾ ਗਾ ਕੇ ਮੈਂ ਕਿਹਾ ਪਿੰਡ ਭੈਰਾ ਲੱਗਦਾ ਦੁਰਾ ਉੱਠ ਗਿਆ ਹੁਣ ਸਾਰੇ ਅਤੇ ਹੁਣ ਅਸੀਂ ਫਿਰ ਥੋੜ੍ਹਾ ਜਿਹਾ ਕੁਛ ਖਾ ਲੱਗੇ ਹਾਂ ਕਿਉਂਕਿ ਅਸੀਂ ਇੱਕ ਹੋਰ ਵੀਡੀਓ ਸ਼ੂਟ ਕਰਨੀ ਆ ਉਹ ਅਸੀਂ ਸ਼ੂਟ ਕਰਨੀ ਆ ਮਾਧੇਪੁਰ ਨਹਿਰ 'ਤੇ ਅਤੇ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ ਸ਼ੂਟ ਥੋੜ੍ਹਾ ਜਿਹਾ ਉਹ ਜੀ ਅਸੀਂ ਫਿਰ ਆ ਗਏ ਹਾਂ ਕਹਿੰਦੇ ਪਹਿਲੇ ਕਾਮ ਦੂਜਾ ਨਹੀਂ ਕਰਨਾ ਚਾਹੀਦਾ ਪਹਿਲੇ ਪੇਟ ਪੂਜਾ ਅਤੇ ਫਿਰ ਕਾਮ ਦੂਜਾ ਅਤੇ ਹੈਪੀ ਕਹਿੰਦਾ ਉਹ ਭਰਾ ਚਪਾਤੀਆਂ ਹੋਰ ਲੈ ਕੇ ਉਹ ਮੈਨੂੰ ਬੜੀ ਭੁੱਖ ਲੱਗਣ ਦੀ ਆ ਅਤੇ ਸਾਡੀਆਂ ਚਪਾਤੀਆਂ ਪੂਰੀਆਂ ਜੀ ਅਤੇ ਅਸੀਂ ਪੂਰੀ ਕੂਲ ਵਾਈਬ ਨਾਲ ਫਰਾਟਾ ਲੱਗਾ ਆ ਅਤੇ ਪੂਰਾ ਨਜ਼ਾਰਾ ਲੈਣ ਦੇ ਹਾਂ ਅਤੇ ਜੇ ਤੁਹਾਨੂੰ ਇਹ ਰੈਸਟੋਰੈਂਟ ਦਾ ਪਤਾ ਹੈ ਤਾਂ ਇੱਕ ਵਾਰੀ ਕਮੈਂਟ 'ਚ ਜ਼ਰੂਰ ਦੱਸਿਓ ਪਰ ਬਹੁਤ ਮਜ਼ਾ ਆਉਂਦਾ ਖਾਣ ਪੀਣ ਦਾ ਪੂਰੀ ਚਿੱਲ ਵਾਈਬ ਮਿਲਦੀ ਆ ਕਿਉਂਕਿ ਉੱਤੋਂ ਇੰਨੀ ਗਰਮੀ ਆ ਅਤੇ ਅਸੀਂ ਗੱਡੀ 'ਚ ਬਾਰ ਬਾਰ ਇੱਕੋ ਗਾਣਾ ਲਾਉਂਦੇ ਚੁੱਪਤੀ ਜਲਤੀ ਗਰਮੀ ਪਰ ਗਰਮੀ ਇੱਥੇ ਆ ਕੇ ਨਜ਼ਾਰਾ ਹੋ ਗਿਆ ਅਤੇ ਦੇਖੋ ਜੀ ਅਸੀਂ ਆ ਗਏ ਹਾਂ ਮਾਧੇਪੁਰ ਨਹਿਰ 'ਤੇ
ਤੇ ਇਹ ਨਹਿਰ ਤੇ ਅਸੀਂ ਲੋਕੇਸ਼ਨ ਚੈੱਕ ਕਰ ਰਹੇ ਹਾਂ ਕਿ ਅਸੀਂ ਕਿੱਥੇ ਵੀਡੀਓ ਬਣਾਈਏ, ਕਿਉਂਕਿ ਵੀਡੀਓ ਬਣਾਉਣੀ ਹੈ ਤੁਸੀਂ ਗਾਣਾ ਸੁਣਨਾ ਪ੍ਰੀਤ ਹਰਪਾਲ ਬਾਈ ਦਾ, ਗਾਨੀ ਕਿਹੜੇ ਸੁਨਹਿਆਰੇ ਤੋਂ ਬਣਾਈ ਡਰਾ। ਅਤੇ ਦੇਖੋ ਜੀ ਅਸੀਂ ਲੋਕੇਸ਼ਨ ਲੱਭ ਲਈ ਆ, ਬਹੁਤ ਵਧੀਆ, ਭਾਵੇਂ ਘਾਹ ਇੱਥੇ ਡੁਪਲੀਕੇਟ ਆ ਪਰ ਹੈ ਲੱਗਦਾ ਓਰੀਜਨਲ ਵਾਂਗੂ ਆ, ਪਰ ਬਹੁਤ ਨਜ਼ਾਰਾ ਲਾਗੇ ਪੂਰੀ ਨਹਿਰ ਵਗਣ ਦੀ, ਕਹਿੰਦੇ ਨਹਿਰੋ ਪਾਰ ਬੰਗਲਾ। ਓ ਹੋ ਹੋ ਹੈ ਭਾਅ ਜੀ ਸ਼ਬਨਮ ਦੇ ਆਸ਼ਿਕ, ਇਹ ਭਾਈ ਲਈ ਗਾਣਾ ਜ਼ਰੂਰ ਬਣਦਾ ਹੈ। ਤੇਰੇ ਨਾਮ ਭਾਅ ਜੀ ਪੂਰੇ ਆਪਣੀ ਮਸ਼ੂਕਾ ਦੀ ਉਦਾਸ ਵਿੱਚ ਬੈਠੇ ਨੇ, ਸਾਨੂੰ ਡਰ ਹੈ ਕਿਤੇ ਡੁੱਬ ਨਾ ਜਾਏ, ਪਰ ਇਹ ਡੁੱਬ ਨਹੀਂ ਸਕਦਾ, ਇਹ ਡੁਬਾ ਬੰਦਿਆਂ ਨੂੰ ਜ਼ਰੂਰ ਸਕਦਾ ਹੈ। ਦੇਖੋ ਜੀ ਬਿਲਕੁਲ ਡਰ ਹੈ ਨਹੀਂ ਬੰਦੇ ਦਾ, ਪਰ ਸਾਨੂੰ ਡਰ ਆ ਗਿਆ। ਮੈਂ ਕਿਹਾ ਉਹ ਇੱਧਰ ਵੇਖ, ਉਹ ਹਾਂ ਇੱਧਰ ਵੇਖ, ਹੁਣ ਇਹ ਭਾਅ ਉੱਠੇਗਾ ਅਤੇ ਸਾਡੇ ਕੋਲ ਆਏਗਾ, ਪਰ ਅਸੀਂ ਕਰਨ ਲੱਗੇ ਆਪਣਾ ਪੂਰਾ ਸ਼ੂਟ ਵੀਡੀਓ ਦਾ, ਅਤੇ ਪੂਰਾ ਪੂਰਾ ਆਨੰਦ ਲੈਣਾ ਤੁਸੀਂ ਵੀ ਜੀ। ਅਤੇ ਚਲੋ ਆਓ ਥੋੜ੍ਹਾ ਜਿਹਾ ਤੁਹਾਨੂੰ ਸ਼ੂਟ ਦਿਖਾਉਂਦੇ ਹਾਂ ਮਾੜਾ ਜਿਹਾ। ਅਸੀਂ ਪੂਰੀ ਲੋਕੇਸ਼ਨ ਜਿਹੜੀ ਹੈ ਫਾਈਂਡ ਆਊਟ ਕਰ ਲਈ ਹੈ, ਅਤੇ ਅਸੀਂ ਇੱਥੇ ਹੀ ਵੀਡੀਓ ਬਣਾਉਂਦੇ ਹਾਂ, ਅਤੇ ਆਓ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਵਰੁਣ ਕੋਲ ਲੈ ਕੇ ਚੱਲੀਏ। ਭਾਈ ਬਹੁਤ ਘੈਂਟ ਯਾਰ ਜਗ੍ਹਾ ਹੈ, ਸੀਰਾ ਜਗ੍ਹਾ ਹੈ, ਕੁਛ ਨਵਾਂ ਨਵਾਂ ਫੀਲ ਹੋਇਆ ਵਾ ਇੱਥੇ ਆ ਕੇ ਕਿ ਕੁਛ ਨਵੀਂ ਜਗ੍ਹਾ 'ਤੇ ਆਪਾਂ ਵੀਡੀਓ ਬਣਾ ਲੱਗੇ, ਇੱਦਾਂ ਫੀਲ ਹੋਇਆ, ਇਕੱਲਾ ਇਕੱਲਾ ਰਹਿਣ ਦਾ ਦਿਲ ਕਰਾ ਅਤੇ ਮਜ਼ਾ ਆ ਰਿਹਾ ਵਾ। ਤੁਸੀਂ ਕੀ ਕਹੋਗੇ ਸਰ? ਐਕਸਾਈਟਿਡ ਆਪਾਂ ਹੁਣ ਵੀਡੀਓ, ਨੀਂਦ ਆ ਰਹੀ, ਚੰਗਾ ਨੀਂਦ ਆਉਂਦੀ ਹੈ। ਨਹਿਰੋ ਪਾਰ ਬੰਗਲਾ ਪਵਾ ਦਿਆਣਿਆ, ਸੱਚੀ ਪਵਾ ਦਾਂਗੇ ਜੀ। ਜੀ ਆਪਣੀ ਵੀਡੀਓ ਹੋ ਗਈ ਪੂਰੀ ਸ਼ੂਟ, ਅਤੇ ਅਸੀਂ ਪੂਰੇ ਗਰਮ ਹੋਏ ਦੇ ਸੀ ਠੰਡੇ ਹੋਣ ਵਾਸਤੇ, ਮਾਧੇਪੁਰ ਅਸੀਂ ਨਹਿਰ ਦੇ ਕੋਲ ਸੂਏ 'ਤੇ ਆ ਗਏ ਹਾਂ। ਅਤੇ ਮੇਰਾ ਪੇਜ ਜਿਹੜੀ ਸਾਡੀ ਟੀਮ ਦਾ ਜ਼ਰੂਰ ਲਾਈਕ ਕਰਿਓ @honeydancer786, ਅਤੇ ਇੰਸਟਾਗ੍ਰਾਮ 'ਤੇ ਫਨ ਬੋਇਸ ਅਤੇ ਹੈਪੀ ਆਰਟਿਸਟ ਜ਼ਰੂਰ ਲਾਈਕ ਕਰਿਓ ਜੀ। ਦਰਸ਼ਕੋ ਲੋ ਜੀ, ਦਰਸ਼ਕੋ ਦਰਸ਼ਕੋ ਨੀ ਦਰਸੋ ਦਰਸੋ ਦਰਸੋ, ਮੇਰੀ ਗੱਲ ਸੁਣ, ਸਾਡਾ ਹੋ ਗਿਆ ਕੰਮ ਵੀਡੀਓ ਦਾ ਫੁੱਲ, ਚਾਰ ਵੀਡੀਓ ਅਸੀਂ ਕਰਦੀਆਂ ਵਾ ਸ਼ੂਟ, ਤੇ ਬਹੁਤ ਥੱਕ ਵੀ ਗਏ ਆ, ਤੇ ਅਸੀਂ ਨਹਾ ਕੇ ਵੀ ਆਏ ਆ, ਸਵਰਗਾਂ ਚ ਹੋ ਕੇ ਵੀ ਆਏ ਆ, ਅਗਲੇ ਵਲੋਗ ਤੁਹਾਨੂੰ ਅਸੀਂ ਤੁਹਾਨੂੰ ਜਲਦੀ ਮਿਲਦੇ ਹਾਂ, ਜਲਦ ਤੋਂ ਜਲਦ ਮਿਲਦੇ ਹਾਂ। ਬਸ ਇੱਦਾਂ ਹੀ ਸਾਡੀ ਵੀਡੀਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ।